ਵੈਲਕਮ ਗਾਇਸ, ਮੈਗਾ ਰੈਂਪ ਦੇ ਵਿੱਚ ਤੁਹਾਡਾ ਸਵਾਗਤ ਹੈ। ਲਾਸਟ ਰਾਈਡ ਨੂੰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਐਂਡ ਕਮੈਂਟ ਕਰੋ। ਹੁਣ ਆਪਾਂ ਚੱਲਦੇ ਹਾਂ ਰੈਂਪ ਦੇ ਉੱਤੇ, ਨਜ਼ਾਰੇ ਲੈਣੇ, ਦੇਖਦੇ ਆਪਣੀ ਕਿਹੜੀ ਕਿਹੜੀ ਗੱਡੀ ਪਾਸ ਕਰਦੀ ਹੈ ਰੈਂਪ ਨੂੰ, ਕਿਹੜੀ ਕਿਹੜੀ ਫੜਦੇ ਕਿਹੜੇ ਨੇ। ਲਗਭਗ ਮੇਰਾ 100% ਡਿਸੀਜਨ ਇਹ ਹੈ ਕਿ ਆਪਾਂ ਸਕਦੇ ਸਾਰੀਆਂ ਗੱਡੀਆਂ ਟਰਾਈ ਕਰੀਏ, ਠੀਕ ਹੈ। ਸ਼ਾਰਟਸ ਪਾਵਾਂਗੇ, ਵੀਡੀਓਜ਼ ਪਾਵਾਂਗੇ, ਠੀਕ ਹੈ। ਲਾਈਕ ਐਂਡ ਸ਼ੇਅਰ ਕਰੋ, ਤੁਸੀਂ ਕਮੈਂਟ ਜ਼ਰੂਰ ਕਰੋ ਮੇਰੇ ਭਾਈਓ। ਤੋ ਫਿਰ ਹਮ ਸ਼ੁਰੂ ਕਰਦੇ ਹਾਂ ਰੈਂਪ ਕੀ ਵੀਡੀਓ। ਦੇਖੋ ਜੀ, ਐਡੇ ਉੱਚੀ ਆ ਗਏ, ਆਪਣੇ ਜਹਾਜ਼ ਆਪਣੇ ਚਰਨਾਂ 'ਚ ਫਿਰਦੇ ਆ। ਹੁਣ ਗੱਡੀ ਦੀ ਛਾਲ ਮਰਵਾ ਦਈਏ, ਆਪਣੀ ਫੇਵਰਟ ਕਾਰ RR6x6 ਲੈ ਕੇ ਆ ਗਏ ਆਪਾਂ। ਰੈਂਪ ਹੋ ਗਿਆ ਸ਼ੁਰੂ ਆਪਣਾ ਇੱਥੋਂ, ਇੱਕ ਵਾਰ ਪੋਲੀ ਜੀ ਕਰਕੇ ਤਾਰ ਲੈਣੇ। ਦੇਖੋ ਵੀ, ਦੇਖੋ ਦੇਖੋ, ਜ਼ਬਰਦਸਤ, ਬਹੁਤ ਹੀ ਜ਼ਬਰਦਸਤ ਰੈਂਪ ਹੈ। ਰੈਂਪ ਪੋਲੀ ਕਰਕੇ ਗੱਡੀ ਤਾਰ ਲੈਣੇ ਥੱਲੇ, ਫਿਰ ਦੇਖਦੇ ਹਾਂ ਕੀ ਬਣਦਾ। ਜੰਪ ਮਰਾਉਣਾ, ਜੰਪ ਲਓ ਜੀ। ਕਈ ਗੱਡੀ ਹੋ ਗਈ 100 'ਤੇ, 100 ਸੂਟ ਤਾਂ ਬੰਦ ਚ ਟੱਪ ਜਾਂਦੇ, 100 ਸੂਟ ਤੱਕ ਟੁੱਟੀ ਗਈ ਹੈ। ਇਹ 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 ਘੁੰਮ ਗਈ ਗਈ ਹੈ ਵੀ, ਮੂਧੇ ਮੂੰਹ ਡਿੱਗੂ ਮੈਨੂੰ ਲੱਗਦਾ। ਇਹ ਤਾਂ ਉੱਤੋਂ ਹੀ ਲੰਘ ਗਈ ਰੈਂਪ 'ਚ, ਤਾਂ ਕੁਛ ਬਚਿਆ ਹੀ ਕੁਛ ਨਹੀਂ। ਇਹ ਤਾਂ ਦੂਜਾ ਵੀ ਟੱਪ ਗਈ। ਓ ਮਾਈ ਗੋਡ, ਬਿਊਟੀਫੁਲ, ਦੱਖਣ ਅਫਰੀਕਾ 'ਚ ਵੱਗ ਗਈ ਤਾਂ। ਇਹ ਤਾਂ ਗੱਡੀ ਆਪਣੀ ਹੁਣ ਡਿੱਗੂ ਮਿੱਤਰੋ ਪਹਾੜਾਂ 'ਚ। ਓ ਮਾਈ ਗੁਡਨੈਸ,